ਜਿਸ ਅੱਗੇ ਜੀ ਮੈਗਾ ਕਵਰੇਜ ਲੋਕ ਸਭਾ ਚੋਣਾਂ 2019 ਅਕਾਲ ਚੈਨਲ ਤੇ ਦੇਖ ਰਹੇ ਹੋ ਔਰ ਲਗਾਤਾਰ ਤੁਹਾਨੂੰ ਦਿੱਲੀ ਸਟੂਡੀਓ ਤੋਂ ਜਿਸ ਕਵਰੇਜ ਦਿਖਾ ਰਹੇ ਹੈਗੇ ਸਾਡੀ ਟੀਮਾਂ ਜੋ ਕੰਮ ਕਰ ਰਹੀ ਹੈਗੀ ਹੈ ਇਸ ਸਮੇਂ ਹੁਣ ਗੱਲ ਕਰਾਂਗੇ ਕਿ ਅਮੇਠੀ ਜੀ ਲੋਕ ਸਭਾ ਸੀਟ ਤੋਂ ਕੌਣ ਜਿਹੜਾ ਹੈਗਾ ਇਸ ਪਾਰਲੀਮੈਂਟ ਦਾ ਸਫ਼ਰ ਜਿਹੜਾ ਹੈਗਾ ਤੈਅ ਕਰੇਗਾ ਜੋ ਤਗੜੀ ਆਪਾਂ ਕਹਿ ਸਕਦੇ ਹਾਂ ਟੱਕਰ ਚੱਲਦੀ ਪਈ ਹੈਗੀ ਉਹ ਚੱਲਦੀ ਪਈ ਹੈਗੀ ਆ ਸਿਮ੍ਰਿਤੀ ਇਰਾਨੀ ਔਰ ਰਾਹੁਲ ਗਾਂਧੀ ਦੇ ਵਿੱਚ ਔਰ ਕੀ ਜੋ ਸਾਡਾ ਵਿਸ਼ਲੇਸ਼ਣ ਹੋ ਕੀ ਵੋਟ ਮਾਰਜਨ ਜਿਹੜਾ ਚੱਲ ਰਿਹਾ ਉਹ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਸਿਮ੍ਰਿਤੀ ਇਰਾਨੀ ਨੂੰ ਇਸ ਸਮੇਂ ਮਿਲੇ ਹੈਗੇ ਆ 80,143 ਵੋਟ ਉਹ ਅੱਗੇ ਚੱਲ ਰਹੇ ਨੇ ਹੋਰ ਰਾਹੁਲ ਗਾਂਧੀ ਨੂੰ 74,416 ਵੋਟਾਂ ਜਿਹੜੀਆਂ ਹੈਗੀਆਂ ਉਹ ਮਿਲੀ ਹੈਗੀਆਂ ਅਤੇ ਡਿਫਰੈਂਸ ਜਿਹੜਾ ਬਣਦਾ ਹੈਗਾ 5,727 ਵੋਟਾਂ ਦਾ ਡਿਫਰੈਂਸ ਜਿਹੜਾ ਹੈਗਾ ਉਹ ਦੋਨਾਂ ਦੇ ਵਿੱਚ ਲਗਾਤਾਰ ਬਣਿਆ ਹੋਇਆ ਲਗਾਤਾਰ ਕਾਂਟੇ ਦੀ ਟੱਕਰ ਚੱਲਦੀ ਪਈ ਹੈਗੀ ਰਾਹੁਲ ਗਾਂਧੀ ਦੀ ਜੋ ਪੁਸ਼ਤੈਨੀ ਸੀਟ ਮੰਨੀ ਜਾਂਦੀ ਹੈਗੀ ਪਿਛਲੀ ਵਾਰੀ ਵੀ ਸਿਮ੍ਰਿਤੀ ਇਰਾਨੀ ਔਰ ਰਾਹੁਲ ਗਾਂਧੀ ਦੀ ਜਿਹੜੀ ਇਸ ਸੀਟ ਤੋਂ ਟੱਕਰ ਹੋਈ ਸੀ ਰਾਹੁਲ ਗਾਂਧੀ ਜਿੱਤੇ ਸੀਗੇ ਹੁਣ ਦੇਖਣਾ ਕਿ ਰਾਹੁਲ ਗਾਂਧੀ ਆਪਣੀ ਆਪ ਦੀ ਸੀਟ ਵੀ ਬਚਾ ਪਾਉਂਦੇ ਹੈ ਕਿ ਨਹੀਂ